ਸਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਮਦੀਪ ਕਾਰਸੰਦੂ ਇਸ ਨੂੰ ਕੁਦਰਤ ਦੀ ਕਰੋਪੀ ਕਹਿ ਲਵੋ ਜਾਂ ਬਖਸ਼ਿਸ਼ ਇੱਕ ਬਾਪ ਦੀ ਸਰਪ੍ਰਸਤੀ ਤੋਂ ਬਿਨਾਵੀ ਇੱਕ ਨੌਜਵਾਨ ਜੋ ਕਿ ਅਪਾਹਜ ਹੈ ਪਰ ਉਸਦੇ ਸੁਪਨੇ ਅੰਬਰਾਂ ਤੋਂ ਤਾਰੇ ਤੋੜ ਕੇ ਲਿਆਉਣ ਵਾਲੇ ਨੇ ਨਾਮ ਹੈ ਨਿਰਮਲ ਢਿੱਲੋਂ ਜੋ ਕਿ ਮੋਗਾ ਦੇ ਪਿੰਡ ਮਹਿਰੋਂ ਦਾ ਰਹਿਣ ਵਾਲਾ ਹੈ ਨੌਜਵਾਨ ਐਨਾ ਬਾਕਮਾਲ ক্রিকেট ਖੇਡਦਾ ਹੈ ਕਿ ਚੰਗੇ ਭਲੇ ਲੋਕਾਂ ਨੂੰ ਵੀ ਮਾਤ ਦਿੰਦਾ ਹੈ ਪਰ ਆਰਥਿਕ ਮਜਬੂਰੀਆਂ ਉਹਦੇ ਰਾਧਾ ਰੋੜਾ ਵੀ ਬਣੀਆਂ ਹੋਈਆਂ ਨੇ ਪਰ ਇੱਕ ਵਾਰ ਅਸੀਂ ਉਹਨਾਂ ਦੇ ਦਰਦ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਕਿਉਂਕਿ ਕਹਿੰਦੇ ਨੇ ਕਿ ਜਦੋਂ ਕੋਈ ਮੰਜ਼ਲਾ ਸਰ ਕਰ ਲੈਂਦਾ ਹੈ ਤੇ ਉਹਦੇ ਅੰਦਰ ਜਦੋਂ ਵੀ ਉਸਨੇ ਸੰਘਰਸ਼ ਵਾਲਾ ਰਾਤ ਚੁਣਨਾ ਹੁੰਦਾ ਹੈ ਤੇ ਜਦੋਂ ਵੀ ਮੰਜ਼ਲ ਸਰ ਕਰਨੀ ਹੁੰਦੀ ਹੈ ਤਾਂ ਉਸ ਵੇਲੇ ਬਹੁਤ ਸਾਰੀਆਂ ਜੜੀਆਂ ਔਕੜਾਂ ਨੇ ਉਹ ਰਾਤ ਦੇ ਵਿੱਚ ਆਉਂਦੀਆਂ ਨੇ ਪਰ ਇਹਨਾਂ ਔਕੜਾਂ ਨੂੰ ਉਸ ਨੌਜਵਾਨ ਨੇ ਕਿਵੇਂ ਹਰਾਇਆ ਔਫਰਿਕ ਵਰਨਣਾ ਦੇ ਨਾਲ ਮੁਲਾਕਾਤ ਕਰਕੇ ਹੀ ਜਾਣਦਿਆਂ ਪੂਰੀ ਗੱਲਬਾਤ ਰਹੀ ਉਹਨਾਂ ਦੇ ਨਾਲ ਕਰਦੇ ਆ ਸਾਡੇ ਨਾਲ ਮੌਜੂਦ ਨੇ ਨਿਰਮਲ ਢਿੱਲੋਂ ਪਹਿਲਾਂ ਸਵਾਗਤ ਕਰ ਲੈਣਿਆ ਢਿੱਲੀ ਪੋਸਟ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ ਜੀ ਜੀ ਵਧੀਆ ਜੀ ਬਿਲਕੁਲ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਦੇਖ ਰਿਹਾ ਸੀ ਕਿ ਤੁਸੀਂ व्हीਲ ਚੇਅਰ ਤੇ ਕ੍ਰਿਕਟ ਖੇਡਦੇ ਹੋ ਬਾਕਮਾਲ ਕ੍ਰਿਕਟ ਖਿਡਾਰੀ ਹੋ ਤੁਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਤਿਆਰ ਵੀ ਕਰ ਰਹੇ ਹੋ ਨਾਲ ਨਾਲ ਆਪ ਵੀ ਖੇਡਦੇ ਹੋ ਸਭ ਤੋਂ ਪਹਿਲਾਂ ਤਾਂ ਸ਼ੁਰੂਆਤੀ ਦੌਰ ਕਿ ਹੁਣ ਕਿਵੇਂ ਚੱਲ ਰਿਹਾ ਕਿਵੇਂ ਕਿਥੇ ਕਿਥੇ ਖੇਡ ਕੇ ਆ ਚੁੱਕੇ ਹਾਂ ਤੇ ਰਾਈਟ ਨਾਉ ਕੀ ਕਰ ਰਹੇ ਹੋ ਮੈਮ ਮੇਰੀ ਸ਼ੁਰੂਆਤ 2019 ਦੇ ਵਿੱਚ ਹੋਈ ਸੀ ਮੈਨੂੰ 1.5 ਸਾਲ ਹੋ ਗਿਆ ਗੇਮ ਕਰਦਿਆਂ ਕ੍ਰਿਕਟ ਦੇ 휠 ਚੇਅਰ ਕ੍ਰਿਕਟ ਮੇਰੀ ਸ਼ੁਰੂਆਤ ਯੂਨੀਵਰਸਿਟੀ ਤੋਂ ਹੋਈ ਸੀ ਜਿੱਥੇ ਮੈਂ ਫਸਟ ਮੈਚ ਖੇਡਿਆ ਯੂਪੀ ਦੇ ਨਾਲ ਪੰਜਾਬ ਤੇ ਯੂਪੀ ਦਾ ਜਿੱਦੇ ਵਿੱਚ ਮੈਂ 49 ਦੌੜਾਂ ਬਣਾ ਕੇ ਮੈਨ ਆਫ ਦਾ ਮੈਚ ਬਣਿਆ ਸੀ ਉਸ ਤੋਂ ਬਾਅਦ ਸਾਡੀ ਨੈਸ਼ਨਲ ਹੋਈ ਸੀਗੀ ਯੂਪੀ ਦੇ ਵਿੱਚ ਜਿੱਥੇ ਕਿ ਪੰਜਾਬ ਇੱਕ ਨੈਸ਼ਨਲ ਚੈਂਪੀਅਨ ਬਣਿਆ ਸੀਗਾ ਤੇ ਚੈਂਪੀਅਨ ਬਣ ਤੋਂ ਬਾਅਦ ਸਾਡੀ ਸਿਲੈਕਸ਼ਨ ਹੋਈ ਸੀ ਮੇਰੀ ਟੀਮ ਇੰਡੀਆ ਦੇ ਵਿੱਚ ਐਜ਼ ਅ ਵੈਕਟ ਕੀਪਰ ਤੇ ਮੈਂ ਕੋਲਕੱਤਾ ਜਾ ਕੇ ਖੇਡ ਕੇ ਦੂਜਾ ਕੋਲਕੱਤਾੇ ਖੇਡਿਆ ਉੱਥੇ ਮੰਨ ਲਓ ਸਾਡਾ ਬੰਗਲਾਦੇਸ਼ 네ਪਾਲ ਤੇ ਇੰਡੀਆ ਟ੍ਰਾਈ ਸੀਰੀ ਸੀ ਜਿਦੇ ਵਿੱਚ ਮੈਂ ਪਹਿਲਾ ਇੰਟਰਨੈਸ਼ਨਲ ਮੈਚ ਖੇਡਿਆ ਸੀ ਤੇ ਹੁਣ ਮੈਂ ਜਿਆ ਕਰੋਨਾ ਦਾ ਲਾਕਡਾਊਨ ਕਰਕੇ ਕਿ ਥੋੜੀ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਘਰੇ ਆ ਤੇ ਵਾਕਈ ਜਦੋਂ ਥੋੜਾ ਮਿਲੂਗਾ ਮੌਕਾ ਫੇ ਜਾ ਕੇ ਆਪਣੀ ਚੰਡੀਗੜ੍ਹ ਦਵਾਰਾ ਪ੍ਰੈਕਟਿਸ ਸ਼ੁਰੂ ਕਰਾਂਗਾ ਸੋ ਅਸੀਂ ਦੇਖ ਰਹੇ ਸੀ ਕਿ ਆਰਥਿਕ ਤੰਗੀਆਂ ਤਾਂ ਹਰੇਕ ਨੂੰ ਹੀ ਤੰਗ ਕਰਦੀਆਂ ਰਹਿੰਦੀਆਂ ਨੇ ਹਨਾ ਸੋ ਭਾਵੇਂ ਹੁਣ ਲਾਕਡਾਊਨ ਹੋਇਆ ਹੈ ਜਿੱਦਾਂ ਕਰੋਨਾ ਦੇ ਕਰਕੇ ਸਾਡੇ ਸਾਰਿਆਂ ਦੇ ਕਾਰੋਬਾਰ ਜਰੇ ਥੱਪ ਹੋ ਚੁੱਕੇ ਸਨ ਹਨਾ ਖੇਡ ਤੇ ਜ਼ਰੂਰ ਆਵਾਂਗੇ ਪਹਿਲਾਂ ਇਹ ਦੱਸੋ ਕਿ ਹੁਣ ਕੀ ਕੰਮ ਕਰ ਰਹੇ ਹੋ ਮੈਂ ਇਸ ਟੈਂਪਟੇ ਤੋਂ ਹੁਣ ਮੈਂ ਦੂਜਾ ਕਰਦਾ ਗੁਜ਼ਾਰਾ ਚਲਾਉਣ ਨੂੰ ਘਰ ਚਲਾਉਣ ਵਾਸਤੇ ਮੈਨੇ ਪਸ਼ੂ ਰੱਖੇ ਹੋਏ ਦੋ ਇੱਕ ਮੱਝ ਦੇ ਇੱਕ ਗਾਂ ਤੇ ਉਹਨਾਂ ਦਾ ਦੇਖਭਾਲ ਕਰੀਦੀ ਆ ਤੇ ਜੋ ਉਹਨਾਂ ਦਾ ਦੁੱਧ ਹੁੰਦਾ ਸਵੇਰ ਸ਼ਾਮ ਦਾ ਉਹ ਡੇਰੀ ਪਾ ਕੇ ਦੁੱਧ ਵੇਚ ਕੇ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਕਮਾਈ ਦਾ ਸਾਧਨ ਬਣਾਇਆ ਮੈਨੇ ਦੁੱਧ ਨੂੰ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਹੋ ਰਿਹਾ ਸੋ ਸਭ ਤੋਂ ਪਹਿਲਾਂ ਅਸੀਂ ਹੁਣ ਗੱਲ ਇਹ ਕਰ ਲੈਨੇ ਆ ਕਿ ਜਦੋਂ ਸ਼ੁਰੂਆਤ ਹੁੰਦੀ ਹੈ ਅਸੀਂ ਕਿਸੇ ਨਾ ਕਿਸੇ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਸੁਪਨੇ ਬਣਦੇ ਆ ਕਿਸੇ ਵੀ ਇਹਨਾਂ ਦੇ ਵਰਗਾ ਬਣਨਾ ਹੈ ਹਨਾ ਤੇ ਪਹਿਲਾਂ ਤਾਂ ਉਹ ਕਿੱਥੋਂ ਸਿੱਖਿਆ ਲਈ ਕੌਣ ਸੀ ਪ੍ਰੇਰਣਾਦਾਇਕ ਕਿੱਥੋਂ ਸਿੱਖਿਆ ਕਿ ਸਿੱਖਿਆ ਕਿ ক্রিকেট ਖੇਡਣਾ ਹੈ ਮੈਂ ਫੇਸਬੁੱਕ ਯੂਜ਼ ਕਰਦਾ ਹੀ ਮੈਂ ਫੋਨ ਦੇ ਉੱਪਰ ਤੇ ਮੈਂ ਇੱਕ ਦਿਨ ਫੇਸਬੁੱਕ ਉੱਪਰ ਵੇਖਿਆ ਕਿ ਮੇਰੇ ਵਰਗੇ ਇੱਕ ਹੈਂਡੀਕੈਪ ਬੰਦੇ ক্রিকেট ਖੇਡ ਰਹੇ ਆ ਹਾਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਉਸ ਤੋਂ ਬਾਅਦ ਮੈਨੂੰ ਵੀਰ ਸਿੰਘ ਸੰਧੂ ਜੀ ਮਿਲੇ ਜੋ ਅੱਜ ਪੰਜਾਬ ਟੀਮ ਦੇ ਕੈਪਟਨ ਨੇ ਤੇ ਇੰਟਰਨੈਸ਼ਨਲ ਪਲੇਅਰ ਨੇ ਤੇ ਵੀਰ ਸਿੰਘ ਸੰਧੂ ਜੀ ਨਾਲ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਮੇਰੀ ਗੱਲ ਬਾਤ ਕੀਤੀ ਫੋਨ ਤੇ ਤੇ ਉਹਨਾਂ ਨੇ ਮੈਨੂੰ ਫਿਰ ਟ੍ਰਾਇਲ ਲਈ ਰੋਪੜ ਬੁਲਾਇਆ ਸੀਗਾ ਰੋਪੜ ਬੁਲਾ ਕੇ ਤੇ ਮੇਰਾ ਟ੍ਰਾਇਲ ਲਿਆ ਸੀਗਾ ਤੇ 3-4 ਦਿਨ ਬਾਅਦ ਮਿਲ ਕੇ ਮੇਰੀ ਸਿਲੈਕਸ਼ਨ ਹੋ ਗਈ ਸੀਗੀ ਪੰਜਾਬ ਟੀਮ ਪੰਜਾਬ ਟੀਮ ਸਿਲੈਕਸ਼ਨ ਹੋਣ ਤੋਂ ਬਾਅਦ ਕਿ ਮੈਂ 15 ਦਿਨ ਦਾ ਕੈਂਪ ਫਿਰ ਉੱਥੇ ਚੰਡੀਗੜ੍ਹ ਉਹਨਾਂ ਕੋਲੇ ਲਾਇਆ ਸੀ ਤੇ ਜੋ ਮਤਲਬ 휠ਚੇਅਰ ਚਲਾਉਣੀ 휠ਚੇਅਰ ਤੇ ਕ੍ਰਿਕਟ ਖੇਡਣੀ ਇਹ ਸਾਰੀ ਜੋ ਵੀ ਮਤਲਬ ਅੱਜ ਮਤਲਬ ਜਿੱਥੇ ਵੀ ਮੈਂ ਮਕਾਮ ਤੇ ਮਤਲਬ ਵੀਰ ਸਿੰਘ ਸੰਧੂ ਜੀ ਜੋ ਮੇਰੇ ਪੰਜਾਬ ਟੀਮ ਦੇ ਕੈਪਟਨ ਆ ਉਹਨਾਂ ਦੀ ਇੱਕ ਮਿਹਨਤ ਆ ਉਹਨਾਂ ਨੇ ਮੈਨੂੰ ਦੱਸਿਆ ਮੈਂ ਉਹਨਾਂ ਦੇ ਕਹਿਣ ਤੇ ਚੱਲਿਆ ਤੇ ਅੱਜ ਮੈਂ ਤੁਹਾਡੇ ਸਾਹਮਣੇ ਆ ਸਰੀਰਕ ਤੌਰ ਤੋਂ ਤੁਸੀਂ ਹਾਲੇ ਪੂਰੇ ਪੂਰੇ ਨਹੀਂ ਹੋ ਹਨਾ ਇਹ ਜਿਹੜੀ ਬਿਮਾਰੀ ਹੈ ਕਦੋਂ ਹੋਈ ਸੀ ਮੈਂ ਵੀ ਬਿਮਾਰੀ ਮਨ ਨਿੱਕੇ ਹੁੰਦੇ 5 ਸਾਲ ਦਾ ਸੀ ਮੈਂ ਜਦੋਂ ਟੀਕਾ ਲੱਗਿਆ ਸੀਗਾ ਬੁਖਾਰ ਦੇ ਵਿੱਚ ਤੇ ਬੁਖਾਰ ਦੇ ਵਿੱਚ ਟੀਕਾ ਲੱਗਣ ਤੋਂ ਬਾਅਦ ਨਾ ਹੋਣ ਦੇ ਨਾਲ ਕਿ ਇੱਕੋ ਦਾਮ ਇਹ ਬਿਮਾਰੀ ਨੇ ਮੇਰੇ ਯਾਨੀ ਕਿ ਬਿਮਾਰੀ ਹੋਈ ਮੈਨੂੰ ਤੇ ਮੇਰੇ ਲੱਤਾਂ ਤੇ ਹੋ ਸੋ ਅੱਜ ਤੁਸੀਂ ਲੱਤਾਂ ਤੋਂ ਜਿਹੜਾ ਨਹੀਂ ਚੱਲ ਸਕਦੇ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਭਾਵੇਂ ਪੈਰਾਂ ਤੇ ਨਹੀਂ ਖੜੇ ਪਰ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹੋ ਹਨਾ ਬਹੁਤ ਸਾਰੇ ਮੈਡਲ ਤੁਸੀਂ ਜਿੱਤ ਕੇ ਲੈ ਕੇ ਆਏ ਹੋ ਫਿਰ ਜਦੋਂ ਉਹਨਾਂ ਤੋਂ ਤੁਸੀਂ ਸਿੱਖਿਆ ਲਈ ਟ੍ਰਾਇਲ ਪੂਰੇ ਹੋਗੇ ਫੇਕ ਤੋਂ ਕਿਥੋਂ ਤੱਕ ਜਿਹੜਾ ਤੁਸੀਂ ਖੇਡਦੇ ਸੀਗੇ ਹੁਣ ਤੱਕ ਯੂਪੀ ਤੋਂ ਹਰਿਆਣਾ ਦੇ ਵਿੱਚ ਤੁਸੀਂ ਦੱਸਿਆ ਕਿ ਕੋਲਕਾਤਾ ਦੇ ਵਿੱਚ ਵੀ ਖੇੜਾ ਇੰਡੀਆ ਲੈਵਲ 'ਚ ਖੇਡੇ ਹੋਂ ਤਾਂ ਜਦੋਂ ਖੇਡਣ ਜਾਂਦੇ ਸੀ ਉਸ ਟਾਈਮ ਤੇ ਹੌਸਲਾ ਠਾਠਾ ਮਾਰਦਾ ਹੁੰਦਾ ਹਾਂਜੀ ਪੂਰਾ ਜੀ ਇੱਕ ਟਾਈਮ ਸੀਗਾ ਜਦੋਂ ਮਨ ਨੂੰ ਬਚਪਨ ਤੋਂ ਸ਼ੌਂਕ ਸੀਗਾ ক্রিকেট ਦਾ ਜਦੋਂ ਮੈਂ ਦੇਖ ਕੇ ਅੱਦ ਨਾਰਮਲ ਫਰੈਂਡ ਹੁੰਦੇ ਜਿਹੜੇ ਮੇਰੇ ਉਹਨਾਂ ਨੂੰ ਮੈਂ ਬੈਠ ਕੇ ਬਾਲ ਕਰਨੀ ਬੈਟ ਕਰਨ بیٹنگ ਕਰਨੀ ਤੇ ਮੇਰਾ ਵੀ ਇੱਕ ਸੀਗਾ ਕਿ ਜਦੋਂ ਮੈਂ ক্রিকেট ਖੇਡਾਂ ਜਦਾਂ ਖੇਡਾਂ ਪਰ ਹੁਣ ਜਦੋਂ ਮਨ ਲੋ ਇੱਕ ਯੂਨੀਫਾਰਮ ਦੇ ਵਿੱਚ ਜਾਨਾ ਮੈਂ ਟੀਮ ਇੰਡੀਆ ਦੀ ਵਿੱਚ ਗਰਾਊਂਡ ਦੇ ਵਿੱਚ ਜਾ ਕੇ ਉਤਰਦਾ ਤੇ ਪੂਰਾ ਹੌਸਲਾ ਬਲੰਦ ਹੁੰਦਾ ਇਦਾਂ ਲੱਗਦਾ ਕਿ ਚਲੋ ਮਹਾਰਾਜ ਦੀ ਕਿਰਪਾ ਹੋ ਸਤਿਗੁਰੂ ਦੀ ਸੱਚੇ ਪਾਤਸ਼ਾਹ ਦੀ ਕਿ ਅੱਜ ਕੁਝ ਕਰ ਲਿਆ ਆ ਉਹਦਾ ਨਾਂ ਬਣਾ ਲਿਆ ਤੇ ਬੜੀ ਖੁਸ਼ੀ ਹੁੰਦੀ ਮਨ ਨੂੰ ਕਿ ਹੁਣ ਇਦਾਂ ਇਹ ਨਹੀਂ ਫੀਲ ਹੁੰਦਾ ਕਿ ਅੱਜ ਇਹ ਹੋ ਗਿਆ ਕਿ ਨਹੀਂ ਮੈਂ ਵੀ ਨਾਰਮਲਾਂ ਦੇ ਬਰਾਬਰ ਹਾਂ ਬਿਲਕੁਲ ਜੀ ਜਿੱਦਾਂ ਹੁਣ ਤੁਸੀਂ ਪਿਛਲੇ ਡੇਢ ਸਾਲ ਤੋਂ ਖੇਡ ਰਹੇ ਹੋ ক্রিকেট ਜਾਂ ਪਹਿ ਉਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਤਾਂ ਪਹਿਲਾਂ ਸਿੱਖਿਆ ਸੀਗਾ ਪਰ ਇਸ ਤੋਂ ਪਹਿਲਾਂ ਨਿਰਮਲ ਕੀ ਕਰਦੇ ਸੀਗੇ ਇਸ ਤੋਂ ਪਹਿਲਾਂ ਮੈਂ ਮੈਂ ਦੂਜਾ ਆਪਣੇ ਮੇਰੇ ਫਾਦਰ ਸਾਹਿਬ ਦੂਜਾ ਬਾਹਰ ਗਈ ਸੀ ਕੰਟਰੀ ਦੇ ਵਿੱਚ ਕੰਮ ਕਰ ਲਈ ਉਧਰ ਉਹਨਾਂ ਦੇ ਕੋਈ ਕੇਸ ਬੈਕ ਸੀ ਜਿਹਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਸੀ ਘਰ ਦੀ ਗਰੀਬੀ ਓਨ ਕਰਕੇ ਤੇ ਮੈਂ ਫਿਰ ਪਾਲਿਸ਼ ਦਾ ਕੰਮ ਕਰਦਾ ਤਾਂ ਨਹੀਂ ਫਰਨੀਚਰ ਪਾਲਿਸ਼ ਦਾ ਕੰਮ ਸੀ ਕੰਮ ਲੱਗ ਗਿਆ ਤੇ ਉਹ ਕਰਦਾਈ ਮੇਰੀ 3000 ਰੁਪਏ ਤਨਖਾਹ ਹੁੰਦੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਕੁਝ ਮੇਰੇ ਮਾਤਾ ਜੀ ਦੁੱਧ ਦੁੱਧ ਪਾਉਂਦੇ ਸੀਗੇ ਤੇ ਮੇਰਾ ਛੋਟਾ ਬ੍ਰਦਰ ਸੀਗਾ ਤੇ ਉਹਦੇ ਨਾਲ ਆਪਾਂ ਪਾਲਚ ਦਾ ਕੰਮ ਕਰਦੇ ਕਰਦੇ ਜਾਨੀ ਕਿ ਮੈਂ 2 ਤੋਂ 3 ਸਾਲ ਜਾਨੀ ਕਿ ਫਰਨੀਚਰ ਦਾ ਕੰਮ ਵੀ ਕੀਤਾ ਹੈ ਫਰਨੀਚਰ ਦਾ ਕੰਮ ਕਰਦੇ ਰਿਹਾ ਸੋ ਬਿਲਕੁਲ ਜੀ ਦੇਖ ਲਓ ਕਿ ਜਦੋਂ ਅਸੀਂ ਅੰਦਰ ਇੱਕ ਥਾਂ ਲੀਏ ਨਾ ਕਿ ਕੁਝ ਕਰਨਾ ਆ ਕੁਝ ਬਣਨਾ ਆ ਸੋ ਅਸੀਂ ਜ਼ਰੂਰ ਉਸ ਮੰਜ਼ਲ ਨੂੰ ਅਨਸਾਰ ਕਰ ਲੈਨੇ ਆ ਸੋ ਨਿਰਮਲ ਢਿਲੋਂ ਦੇ ਮਨ ਦੇ ਵਿੱਚ ਵੀ ਆਇਆ ਕਿ ਪਹਿਲਾਂ ਪਾਲਿਸ਼ ਕਰਦੇ ਹੁੰਦੇ ਸੀ ਫਰਨੀਚਰ ਦੀ ਇਹ ਕੰਮ ਕਰਨ ਤੋਂ ਬਾਅਦ ਹੌਲੀ-ਹੌਲੀ ਫਿਰ ਦੋ ਇੱਕ ਮਨ ਦੇ ਵਿੱਚ ਚਾਹ ਸੀ ਮੈਂ ਪਹਿਲਾਂ ਕਿਹਾ ਸੀ ਕਿ ਅੰਬਰਾਂ ਤੋਂ ਤਾਰੇ ਤੋੜਨ ਦਾ ਸੁਪਨਾ ਵੀ ਰੱਖਦਾ ਹੈ ਸੋ ਇਸੇ ਤਰ੍ਹਾਂ ਇੱਕ ਸੁਪਨਾ ਜਿਹੜਾ ਸੰਜੋਇਆ ਕਿ ਮੈਂ ਕ੍ਰਿਕਟ ਦੇ ਵਿੱਚ ਪੂਰਨ ਤੌਰ ਤੇ ਉਤਰਨਾ ਸੋ ਉਸੇ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਹੈ ਇਸ ਮੰਜ਼ਲ ਨੂੰ ਚੁਣਿਆ ਤਾਂ ਉੱਥੇ ਪਹੁੰਚੇ ਵੀ ਜ਼ਰੂਰ ਪਰ ਇਸ ਤੋਂ ਪਹਿਲਾਂ ਜਿੱਦੋਂ ਹੁਣ ਤੁਸੀਂ ਗੱਲ ਕਰ ਰਹੇ ਸੀ ਫਾਦਰ ਸਾਹਿਬ ਹੋਣਾ ਦੀ ਕਿ ਉਹ ਜੇਲ੍ਹ ਦੇ ਵਿੱਚ ਨੇ ਹਨਾ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਹੜੀ ਧਰਤੀ ਤੇ ਉਹਨੇ ਮੈਮ ਮੇਰੇ ਫਾਦਰ ਸਾਹਿਬ ਬਹਿਰੀਨ ਕੰਟਰੀ ਆ ਅਰਬ ਕੰਟਰੀ ਆ ਉੱਥੇ ਨੇ 16 ਸਾਲ ਹੋ ਗਏ ਉਹਨੂੰ ਅੱਜ ਜੇਲ੍ਹ ਦੇ ਵਿੱਚ ਉਹਨਾਂ ਤੇ ਕਤਲ ਕੇਸ ਪੈ ਗਿਆ ਸੀ ਉਹ ਕਤਲ ਦੇ ਵਿੱਚ ਮਨ ਮੈਂਟਲੀ ਅਪਸੈਟ ਹੋ ਗਏ ਸੀਗੇ ਉਹ ਜਿਹਦੇ ਕਾਰਨ ਕਰਕੇ ਉਹਨਾਂ ਤੇ ਕੇਸ ਪੈ ਗਿਆ ਸੀ ਉੱਧਰ ਤੇ ਉਹ ਚੱਕਰ ਦੇ ਵਿੱਚ ਉਹਨਾਂ ਨੂੰ ਅੱਜ 16 ਸਾਲ ਹੋ ਗਏ ਆ ਤੇ ਕੋਈ ਸਜ਼ਾ ਦਾ ਵੀ ਸਾਨੂੰ ਅਜ ਪ੍ਰੋਪਰ ਪਤਾ ਤੇ ਉਦੋਂ ਸਾਡੀ ਫੋਨ ਤੇ ਥੋੜੀ ਬਹੁਤ ਗੱਲਬਾਤ ਹੁੰਦੀ ਆ ਜਾਨੀ ਕਿ ਹਫਤੇ ਵਿੱਚ ਦੋ ਵਾਰ ਫੋਨ ਆਉਂਦਾ ਫਾਦਰ ਸਾਹਿਬ ਦਾ ਵੈਸੇ ਜੇ ਦੇਖਿਆ ਜਾਵੇ ਤੇ ਮੈਂ ਉਹਦੇ ਫਾਦਰ ਸਾਹਿਬ ਨਾਲ ਪਹਿਲੇ ਟਾਈਮ ਜਦੋਂ ਪੰਜ ਸਾਲ ਬਾਅਦ ਗੱਲ ਕੀਤੀ ਸੀ ਜੀ ਉਹਦੇ ਫਾਦਰ ਸਾਹਿਬ ਨਾਲ ਹਾਂ ਤੇ ਪੰਜ ਸਾਲ ਬਾਅਦ ਸਾਨੂੰ ਇਦਾਂ ਨਹੀਂ ਪਤਾ ਸੀਗਾ ਕਿ ਮੰਨ ਲਓ 나ਸੀ ਉਹਦੀ ਆਵਾਜ਼ ਨੂੰ ਤਰਸੇ ਪਏ ਸੀਗੇ ਉਹਨਾਂ ਦੀ ਆਵਾਜ਼ ਸਾਨੂੰ ਤਰਸੇ ਪਏ ਸੀਗੇ ਕਦੋਂ ਸਾਨੂੰ ਕਿ ਮੇਰੇ ਫਾਦਰ ਸਾਹਿਬ ਆਪਦੇ ਮੂੰਹੋਂ ਕਹਿਣ ਕਿ ਹਾਂ ਨਿਰਮਲ ਬੇਟਾ ਜਾਂ ਕਿੰਦਾ ਤੇ ਅੱਜ ਚਲੋ ਠੀਕ ਆ ਮਾਨਸਿਕ ਸਥਿਤੀ ਉਹਨਾਂ ਦੀ ਠੀਕ ਆ ਹੁਣ ਤੇ ਬਟਾ ਅੱਜ 16 ਸਾਲ ਹੋ ਗਏ 16 ਸਾਲ ਜੇਲ੍ਹ ਦੇ ਵਿੱਚ ਨੇ ਉਹ ਰਾਈਟ ਨਾਉ ਹਾਲੇ ਵੀ ਦੇਖੋ ਦੇ ਤੁਸੀਂ ਉੱਥੇ ਪਹਿਲ ਨਹੀਂ ਕੀਤੀ ਉਥੋਂ ਦੇ ਕੰਟਰੀਆਂ ਦੇ ਨਾਲ ਜਾਂ ਕੇਸੇ ਦੇ ਨਾਲ ਸੰਪਰਕ ਕੀਤਾ ਹੋਵੇ ਕਿ ਫਾਦਰ ਸਾਹਿਬ ਨੂੰ ਬਾਹਰ ਜੇਲ੍ਹ ਚੋਂ ਕੱਢਿਆ ਜਾਵੇ 16 ਸਾਲ ਦਾ ਸੰਤਾਪ ਭੋਗ ਰਿਹਾ ਉਥੇ ਮੈਮ ਦੇਖਿਆ ਜਾਵੇ ਮੈਂ ਬਹੁਤ ਸਾਰੇ ਕਾਫੀ ਯਾਨੀ ਕਿ ਜਿੰਨੀਆਂ ਪਾਰਟੀਆਂ ਲੀਡਰ ਸਹਿਬਾਨਾ ਜਿੰਨੀਆਂ ਵੀ ਮੈਂ ਹਰ ਇੱਕ ਲੀਡਰ ਕੋਲੇ ਗਿਆ ਹਾਂ ਹਰ ਇੱਕ ਲੀਡਰ ਕੋਲ ਐਪਲੀਕੇਸ਼ਨ ਦਿੱਤੀ ਆ ਡਾਕਟਰ ਐਸਪੀ ਬਰਾਜੀ ਨੇ ਦਿੱਤੀ ਹੋਈ ਆ ਰਾਮਵਾਲੀਆ ਸਾਹਿਬ ਨੇ ਵੀ ਦਿੱਤੀ ਹੋਈ ਆ ਦੂਜਾ ਐਪਲੀਕੇਸ਼ਨ ਤੇ ਮੰਨ ਕੇ ਚੱਲੋ ਕਿ ਮੈਂ ਕਾਫੀ ਜਿਆਦਾ ਟਰਾਈ ਕਰ ਚੁੱਕਿਆ ਹਾਂ ਮੈਂ ਕਾਫੀ ਆਦ ਦੇ ਵੱਲੋਂ ਇਧਰੋਂ ਚਿੱਠੀਆਂ ਵੀ ਪਾ ਚੁੱਕਿਆ ਹਾਂ ਕਿ ਮੇਰੇ ਫਾਦਰ ਸਾਹਿਬ ਦੀ ਸਾਨੂੰ ਦੱਸਿਆ ਕਿਨੀ ਸਜਾ ਰਹਿ ਗਈ ਹੈ ਕਦੋਂ ਆਉਣਗੇ ਦਰਬਾਰ ਕਦੋਂ ਮੰਨ ਕੇ ਚੱਲੋ ਉਹਨਾਂ ਦੀ ਰਹਾ ਹੋਣਾ ਉਹਨਾਂ ਨੇ ਪਰ ਹਾਲੇ ਤੱਕ ਮੰਨ ਸਰਕਾਰ ਨੇ ਕੋਈ ਮੈਨੂੰ ਇਸ ਤੇ ਮਿਹਰਬਾਨੀ ਫੜੀ ਨਹੀਂ ਗਈ ਇਸ ਚੱਕਰ ਨਾ ਕਿਸੇ ਮਲਵਾ ਪਗੜੀ ਕਿਸੇ ਸੰਸਥਾ ਨਹੀਂ ਨਾ ਫਾਦਰ ਸਾਹਿਬ ਨੂੰ ਘੜਾਉਣ ਦੇ ਚੱਕਰ ਵਿੱਚ ਨਾ ਕੋਈ ਮੈਨੂੰ ਹੈਲਪ ਨਹੀਂ ਹੋਈ ਕਿਸੇ ਕਿਤੋਂ ਨਹੀਂ ਮਿਲੇਗੀ ਹਲੇ ਗੱਲ ਕਿਤੇ ਜਾਵੇ ਜੇ ਬਹਿਰੀਨ ਦੇ ਵਿੱਚ ਆ ਤੇ ਬਹਿਰੀਨ ਚ ਕਿਸੇ ਨਾਲ ਸੰਪਰਕ ਕੀਤਾ ਉੱਥੇ ਕਿ ਪਤਾ ਲਗਾਇਆ ਜਾਵੇ ਕਿ ਵਾਕਈ ਹੀ ਉਹਨਾਂ ਤੇ ਜਿਹੜਾ ਨਜਾਇਜ਼ ਕਤਲ ਕੇਸ ਹੈ ਇਹ ਮੈਂ ਮੇਰੀ ਇਹੀ ਯਾਨੀ ਕਿ ਹੈਗੀ ਇਹ ਬੇਨਤੀ ਹੈ ਕਿ ਕੋਈ ਵੀ ਮੰਨ ਲਓ ਆਪਣੇ ਸਰਕਾਰ ਅੱਜ ਇਧਰੋਂ ਆਪਣੇ ਉਧਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਜਿਹਨ ਨਿਆਇਜ਼ ਕਤਲ ਆ ਜਾਂ ਕਿਦਾਂ ਕੇਸ ਆ ਉਹਨਾਂ ਦੀ ਪੈਰਾਵਾਇ ਕੀਤੀ ਜਾਵੇ ਉਧਰ ਕੋਈ ਨਾ ਕੋਈ ਉਹਨਾਂ ਨੂੰ ਪੁੱਛਿਆ ਜਾਵੇ ਕਿ ਕੀ ਕੇਸ ਹੈ ਫੇਰ ਹੀ ਆਪਣਾ ਪਤਾ ਲੱਗ ਸਕਦਾ ਕਿ ਕਿਦਾਂ ਕੇਸ ਹੈ ਕਿੰਨੀ ਆ ਸਜ਼ਾ ਹੁਣ ਸਾਹਿਬ ਸਾਨੂੰ ਇਸ ਟਾਈਮ ਤੇ ਸਾਡੇ ਵੱਸ ਪਲੇ ਕੁਝ ਨਹੀਂਗਾ ਅਸੀਂ ਜੇ ਸਾਨੂੰ ਕੋਈ ਪਿੰਡ ਦੇ ਵਿੱਚ ਮੈਨੂੰ ਪੁੱਛਦਾ ਵੀ ਹੈ ਕਿ ਕਦੋਂ ਆਣਾ ਫਾਦਰ ਸਾਹਿਬ ਨੇ ਮੇਰਾ ਇੱਕ ਸਵਾਲ ਹੁੰਦਾ ਆ ਜਾਣਗੇ ਆ ਜਾਣਗੇ ਇਹ ਨਹੀਂ ਹੁਣ ਸਾਨੂੰ ਪਤਾ ਕਿਉਂਕਿ ਜੇ ਸਾਨੂੰ ਪ੍ਰੋਪਰ ਪਤਾ ਲੱਗੂਗਾ ਮੇਰੀ ਸਰਕਾਰ ਮੂਰੇ ਬੇਨਤੀ ਇਹੀ ਆ ਕਿ ਕੋਈ ਨਾ ਕੋਈ ਸਰਕਾਰੀ ਲੀਡਰ ਚਾਹੇ ਜਿੱਦਾਂ ਹੁਣ ਮਤਲਬ ਭਗਵੰਤ ਮਾਨ ਜੀ ਆ ਉਹ ਬਹੁਤ ਕੁਝ ਕਰ ਰਹੇ ਆ ਬਾਰੋਂ ਮੁੰਡੇ ਲੈ ਕੇ ਹੁੰਦੇ ਆ ਲਾਛਾਂ ਲੈ ਕੇ ਹੁੰਦੇ ਆ ਤੇ ਮੇਰੀ ਇੱਕ ਭਗਵੰਤ ਮਾਨ ਜੀ ਨੂੰ ਵੀ ਅਪੀਲ ਆ ਕਿ ਜਿਉ ਮਤਲਬ ਮੇਰੀ ਬਾਤ ਸੁਣਦੇ ਹੋਣ ਤੇ ਇੱਕ ਵਾਰ ਮੇਨਾਂ ਜਰੂਰ ਕੰਟੈਕਟ ਕਰਾਂ ਤਾਂ ਜੋ ਮੰਨ ਕੇ ਚੱਲੋ ਕਿ ਮੇਰੇ ਫਾਦਰ ਸਾਹਿਬ ਨੂੰ ਇਧਰ ਲਿਆਉਣ ਦਾ ਅੱਛਾ ਲਾਪੋਸ ਮੈਡਲ ਕਿੰਨੇ ਦਿੱਤੇ ਆ ਦੇਸ਼ ਨੂੰ ਮੈਂ ਦੋ ਵਾਰ ਮੈਨ ਆਫ ਦਾ ਮੈਚ ਬਣਿਆ ਸੀਗਾ ਮੈਂ ਤੇ ਇੱਕ ਵਾਰ ਦੂਜਾ ਜਦੋਂ ਨੈਸ਼ਨਲ ਹੋਈ ਸੀਗੀ ਤੇ ਬੈਸਟ ਕੀਪਰ ਰਿਆ ਸੀ ਮੈਨ ਆਫ ਦਾ ਮੈਚ ਮੈਡਲ ਵੀ ਲਿਆੰਦੇ ਪਰ ਇਹਨਾਂ ਦੀ ਗੁਹਾਰ ਹੀ ਨਹੀਂ ਸੁਣੀ ਗਈ ਇੱਕ ਬਾਪ ਨੂੰ ਵਾਪਸ ਆਪਣੇ ਵਤਨ ਲਿਆਉਣ ਦੇ ਲਈ ਸਰਕਾਰਾਂ ਦੀ ਵੀ ਬੜੀ ਵੱਡੀ ਨਾਕਾਮੀ ਇੱਥੇ ਸਾਹਮਣੇ ਆਉਂਦੀ ਹੈ ਸੋ ਉਹਨਾਂ ਲੀਡਰਾਂ ਦੇ ਮੂੰਹ ਤੇ ਵੀ ਕਰਾਰੀ ਚਪੇੜ ਵੱਜਦੀ ਹੈ ਕਿ ਹਾਲਾਂਕਿ ਇੱਕ ਨੌਜਵਾਨ ਜੋ ਕਿ ਭਾਵੇਂ ਅਪਾਹਜ ਸਿਰ ਪੱਖੋਂ ਪੂਰਾ ਵੀ ਨਹੀਂ ਹੈ ਫਿਰ ਵੀ ਦੇਸ਼ ਲਈ ਖੇਡ ਰਿਹਾ ਹੈ ਤਨਖਾਹ ਤਾਂ ਨਹੀਂ ਮਿਲਦੀ ਨਹੀਂ ਮੈਮ ਕੁਛ ਨਹੀਂ ਮੈਂ ਤਾਂ ਸਰਕਾਰ ਜਦ ਮਤਲਬ ਕਲੀਅਰ ਦੇ ਤੌਰ ਤੇ ਵੀ ਜਿਹੜਾ ਬੰਦਾ ਮਾਨ ਸਨਮਾਨ ਮੈਨੂੰ ਅਜੇ ਤੱਕ ਉਹ ਨਹੀਂ ਮਿਲਿਆ ਮੈਮ ਕਿਸੇ ਮਤਲਬ ਲੀਡਰ ਨੇ ਜਾਂ ਮਤਲਬ ਕਿਸੇ ਵੀ ਆਪਣੇ ਮਤਲਬ ਪਿੰਡ ਦੇ ਪੱਦਰ ਦੇ ਕਿਸੇ ਕਿਸੇ ਵੱਲੋਂ ਕੋਈ ਇਦਾਂ ਦੀ ਹੈਲਪ ਨਹੀਂ ਹੋਈਗੀ ਕਿ ਜਾਂ ਮੈਨੂੰ ਕੋਈ ਬੰਨ ਕੋਈ ਖੁਸ਼ੀ ਹੋਵੇ ਕਿ ਯਾਰ ਕਿਸ ਨੇ ਮੈਨੂੰ ਸਨਮਾਨਤ ਕੀਤਾ ਹੋਵੇ ਕਿਸੇ ਨੇ ਨਾ ਕੋਈ ਮੈਨੂੰ ਹਲੇ ਤੱਕ ਕੋਈ ਲੀਡਰ ਮਿਲਿਆ ਨਾ ਕਿ ਮੈਨੂੰ ਮੋਗਾ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਦੀ ਸਪੋਰਟ ਹੋਈਆ ਨਾ ਕੋਈ ਸਰਕਾਰ ਵੱਲੋਂ ਕੋਈ ਇਦਾਂ ਹੋਇਆ ਕਿ ਯਾਰ ਕਿ ਕੋਈ ਵਾਰਡ ਜਾਂ ਕੁਛ ਵੀ ਮੈਨੂੰ ਅਜੇ ਕੁਛ ਨਹੀਂ ਤੱਕ ਨੂੰ ਸੋ ਹੌਸਲੇ ਤਾਂ ਤੋੜਨ ਵਾਲੀਆਂ ਗੱਲਾਂ ਹੁੰਦੀਆਂ ਨੇ ਕਿ ਤੁਸੀਂ ਜਿੱਥੇ ਇੱਕ ਆਪਣੇ ਆਪ ਨੂੰ ਉਸ ਚੀਜ਼ ਨੂੰ ਹਰਾ ਕੇ ਆਪਣੇ ਉਸ ਨਾਕਾਮੀ ਨੂੰ ਹਰਾ ਕੇ ਤੁਸੀਂ ਅੱਗੇ ਵਧ ਰਹੇ ਹੈਗੇ ਹਣਾ ਪਰ ਜੇਕਰ ਗੱਲ ਕੀਤੀ ਜਾਵੇ ਪਰ ਇੱਥੇ ਤਾਂ ਹੌਸਲੇ ਨੂੰ ਤੋੜਨ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਇੱਕ ਜਦੋਂ ਇੱਕ ਕੁਝ ਮਨਾਂ ਦੇ ਵਿੱਚ ਆਉਂਦਾ ਕਿ ਅਸੀਂ ਬੜਾ ਉੱਚਾ ਪਹੁੰਚਣਾ ਹੈ ਪਰ ਇਦਾਂ ਦੇ ਹਾਲਾਤ ਸਾਨੂੰ ਤੋੜ ਕੇ ਰੱਖ ਦਿੰਦੇ ਨੇ ਸਹੀ ਗੱਲ ਹੈ ਮੈਂ ਮੈਂ ਮੰਨਦਾ ਤਾਂ ਇਹ ਖੁਸ਼ੀ ਹੁੰਦੀ ਆ ਆਪਣੇ ਆਪ ਨੂੰ ਕਿਾ ਚਲੋ ਮੈਂ ਪਲੇਅਰ ਆ ਆਪਣੇ ਆਪ ਨੂੰ ਖੁਸ਼ੀ ਆ ਮਨ ਨੂੰ ਇੱਕ ਤਰਸ ਆ ਪਰ ਜਦੋਂ ਮੈਂ ਦੇਖਦਾ ਕਿ ਸਰਕਾਰ ਵੱਲੀ ਦੇਖਦਾ ਕਿ ਅੱਜ ਮੈਨੂੰ ਕੁਝ ਵੀ ਨਹੀਂ ਮਿਲ ਰਿਹਾ ਪਹਿਲੀ ਗੱਲ ਤਾਂ ਮੈਂ ਸਰਕਾਰ ਮੁਰੇ ਮੇਰੀ ਇਹ ਹੀ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਇੰਸੋ ਤੱਕ ਗਿਆ ਆ ਕਿ ਮੇਰੇ ਬੰਦੇ ਅਨਸਾਰ ਮੇਰੇ ਪਲੇਅਰ ਹੋਣ ਦੇ ਨਾਲ ਤੇ ਮੈਨੂੰ ਕੋਈ ਜੌਬ ਦਿੱਤੀ ਜਾ ਦੂਜੇ ਨੰਬਰ ਤੇ ਮੇਰੀ ਹੈਲਪ ਕੀਤੀ ਜਾਵੇ ਮੇਰੇ ਫਾਦਰ ਸਾਹਿਬ ਨੂੰ ਇੱਧਰ ਲਿਆਉਣ ਦੇ ਵਿੱਚ ਮੈਂ ਸਰਕਾਰ ਕੋਲੋਂ ਹੋਰ ਕੁਝ ਨਹੀਂ ਮੰਗਦਾਗਾ ਨਾ ਕੋਈ ਮੈਨੂੰ ਮੈਨੂੰ ਕੋਈ ਪੈਸੇ ਦੀ ਦਾ ਗਲਾਲਚਾ ਕਿ ਮੈਨੂੰ ਪੈਸਾ ਮਿਲੇ ਇੱਧਰੋਂ ਉੱਧਰੋਂ ਇਕੱਠਾ ਹੋਏ ਮੈਨੂੰ ਸਰਕਾਰੀ ਜੌਬ ਮਿਲ ਜੂਗੀ ਤੇ ਮੈਂ ਉਹਦਾ ਘਰ ਚਲਾ ਸਕਦਾ ਬਿਲਕੁਲ ਗੱਲ ਕਰਦੇ ਜਿੱਦਾਂ 5 ਸਾਲ ਤੁਹਾਡੇ ਫਾਦਰ ਸਾਹਿਬ ਨਾਲ 5 ਸਾਲ ਬਾਅਦ ਗੱਲ ਹੋਈ ਆ ਉਹ 5 ਸਾਲਾਂ ਚ ਹਾਲਾਤ ਕੀ ਸੀ ਘਰ ਦੇ ਮਾਂ ਦਾ ਕੀ ਕਹਿਣਾ ਸੀ ਉਸ ਵੇਲੇ ਉਹ 5 ਸਾਲ ਮੰਨ ਕੇ ਚਲੋ ਜੀ ਬੜੇ ਇੱਕ ਬਹੁਤ ਦੁਖੀ ਟਾਈਮ ਸੀ ਬਹੁਤ ਦੁੱਖ ਦਾ ਟਾਈਮ ਸੀਗਾ ਕਿ ਮਾਤਾ ਜੀ ਵੀ ਡਿਪਰੈਸ਼ਨ ਦੇ ਵਿੱਚ ਸੀਗੇ ਮੈਂਟਲੀ ਥੋੜਾ ਜਿਹਾ ਅਪਸੈਟ ਹੋ ਜਾਂਦੇ ਆ ਕਿਉਂਕਿ ਤੇ ਮੈਂ ਅਸੀਂ ਛੋਟੇ ਸੀਗੇ ਮੇਰਾ ਛੋਟਾ ਬ੍ਰਦਰ ਸੀ ਜੀ ਦੋਨੇ ਭਰਾ ਸੀਗੇ ਘਰ ਦੇ ਹਾਲਤ ਇੰਨੇ ਗਮੜੇ ਸੀਗੇ ਕਿ ਬਸ ਕਿ ਮੰਨ ਲਓ ਕਿ ਪਤਾ ਨਹੀਂ ਹੁੰਦਾ ਸੀਗਾ ਕਿ ਜੇ ਸਵੇਰ ਰੋਟੀ ਖਾਦੀ ਆ ਤੇ ਸ਼ਾਮ ਨੂੰ ਖਾਣੀਆਂ ਕਿ ਨਹੀਂ ਖਾਣੀਆਂ ਇੱਕ ਟਾਈਮ ਤੇ ਇਦਾਂ ਹੁੰਦਾ ਸੀ ਮਾਤਾ ਜੀ ਨੇ ਡਿਪਰੈਸ਼ਨ ਦੇ ਵਿੱਚ ਸੀਗੇ ਤੇ ਬਾਰਾ ਹੌਲੀ ਹੌਲੀ ਕਿੱਦਾਂ ਵੀ ਕਰਕੇ ਕਿੱਦਾਂ ਵੀ ਉਹ 5 ਸਾਲ ਜਿਹੜੇ ਮੈਂ ਅੱਜ ਅੱਜ ਵੀ ਨਹੀਂ ਬੋਲ ਸਕਦਾ ਜਿਉਂ ਮੰਨ ਲਓ ਮੇਰੀ ਮਾਤਾ ਜੀ ਨੇ ਸਾਡਾ ਪਰ ਅੱਜ ਤੱਕ ਮੈਂ ਇੱਕ ਇਹ ਚੀਜ਼ ਆ ਕਿ ਮੈਂ ਮੇਰੀ ਮਾਂ ਜਿਹੜੀ ਹੈਗੀ ਆ ਮੇਰੀ ਮਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮਾਵਾ ਤੇ ਪੁੱਤ ਬਾਰੇ ਬਿਲਕੁਲ ਸੋਚਦੀਆਂ ਹੀ ਨੇ ਕਿ ਹਾਂ ਕਿ ਸਾਡਾ ਪੁੱਤ ਕਿਸੇ ਹੰਨੇ ਬੰਨੇ ਜ਼ਰੂਰ ਲੱਗੇ ਹਨਾ ਸੋ ਤੁਸੀਂ ਅੱਜ ਮੰਨੀ ਭਰਨਾ ਹੈਗਾ ਤੁਸੀਂ ਬਹੁਤ ਸਟਰੋਂਗ ਹੋ ਤੁਸੀਂ ਤਾਂ ਬੜੇ ਵੱਡੇ ਲੈਵਲ ਤੇ ਜਾ ਕੇ ਖੇਡਣ ਆਇਆ ਤੁਸੀਂ ਤਾਂ ਤੁਹਾਨੂੰ ਸਾਨੂੰ ਤਾਂ ਬਹੁਤ ਉਮੀਦਾਂ ਨੇ ਜਿਹੜਾ ਹੋਣ ਹਾਰ ਹੁੰਦਾ ਜਿੰਦੇ ਕੋਲ ਹੁਨਰ ਹੁੰਦਾ ਡੇਲੀ ਪੁਸ ਪੰਜਾਬੀ ਉਹਨਾਂ ਦੇ ਕੋਲ ਹੀ ਪਹੁੰਚਦਾ ਆ ਸੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਅਸੀਂ ਤਹੀ ਪਹੁੰਚੇ ਕਿਉਂਕਿ ਤੁਹਾਡੇ ਅਸੀਂ ਹੁਨਰ ਨੂੰ ਪਛਾਣਿਆ ਹੁਨਰ ਨੂੰ ਦੇਖਿਆ ਨਾਲ ਦੇ ਨਾਲ ਜੇਕਰ ਇੱਥੇ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਸਾਡੇ ਪੰਜਾਬ ਦੇ ਇਹ ਵੀ ਬੜੇ ਦਿਲ ਖੋਲ ਖੋਲਣ ਵਾਲੇ ਨੇ ਤੇ ਜੇਕਰ ਸਾਡੇ ਜਿਹੜੇ ਐਨ ਆਰ ਆਈ ਵੀਰ ਬਾਹਰ ਵੱਸਦੇ ਨੇ ਉਹ ਵੀ ਬੜੇ ਵੱਡੇ ਦਿਲਾਂ ਵਾਲੇ ਨੇ ਜਿਕਰ ਸਾਡੀ ਕਿਸੇ ਨੇ ਵੀ ਆਵਾਜ਼ ਸੁਣੀ ਤਾਂ ਇੱਕ ਅਪੀਲ ਅਸੀਂ ਵੀ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਤੁਹਾਨੂੰ ਕਰਦੇ ਆ ਕਿ ਨਿਰਮਲ ਦੇ ਫਾਦਰ ਸਾਹਿਬ ਨੂੰ ਵਾਪਸ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ 16 ਸਾਲ ਜਿਹੜਾ ਆ ਉਹ ਨਜਾਇਜ਼ ਕਤਲ ਕੇਸ ਦੇ ਵਿੱਚ ਜਿਹੜਾ ਆ ਸੰਤਾਪ ਭੋਗ ਰਹੇ ਨੇ ਜੇਲ੍ਹ ਦੇ ਵਿੱਚ ਬੰਦ ਨੇ 16 ਸਾਲ ਤੋਂ ਨਾਤਨਾਂ ਦੀ ਵਤਨ ਵਾਪਸੀ ਹੋਈ ਹੈ ਤੇ ਨਾ ਹੀ ਹਾਲ ਤੱਕ ਆਪਣੇ ਪੁੱਤਾਂ ਦਾ ਮੂੰਹ ਦੇਖ ਰਹੇ ਨੇ 5 ਸਾਲ ਬਾਅਦ ਗਲਤ ਹੋਈ ਹੈ ਜਿਕਰ ਗੱਲ ਕੀਤੀ ਜਾਵੇ ਉਹਨਾਂ ਨੂੰ ਪਤਾ ਕਿ ਤੁਸੀਂ ਹੁਣ ਕ੍ਰਿਕਟ ਖੇਡਦੇ ਹੋ ਹਾਂਜੀ ਮੈਮ ਪਹਿਲਾਂ ਕਾਫੀ ਟਾਈਮ ਜਿਹੜਾ ਪਹਿਲਾਂ ਗੱਲ ਹੁੰਦੀ ਸੀਗੀ ਤੇ ਮੈਂ ਫਾਦਰ ਸਾਹਿਬ ਜੀ ਨੂੰ ਗੱਲ ਹੋਣੀ ਮੇਰੀ ਡੈਡੀ ਨਾਲ ਤਾਂ ਮੈਨੂੰ ਪੁੱਛਣਾ ਆ ਕੇ ਬੇਟਾ ক্রিকেট ਮੈਂ ਉਹ ਦੱਸਿਆ ਮੈਂ ਡੈਡੀ ਏਦਾਂ ਮੈਂ ক্রিকেট ਖੇਡਦਾ ਮੈਨੂੰ ਕਹਿੰਦਾ ਬੇਟਾ ਤੂੰ ਕਿੱਦਾਂ ক্রিকেট ਖੇਡਦਾ ਫਿਰ ਉਹਨੂੰ ਦੱਸਿਆ ਸਾਰਾ ਸਮਝਾਇਆ ਮੈਂ व्हीਲਚੇਅਰ ਤੇ ਖੇਡਦਾ ਫਿਰ ਉਹ ਲੋ ਜਦ ਦੱਸਿਆ ਮੈਂ ਪੰਜਾਬ ਟੀਮ 'ਚ ਫਿਰ ਦੱਸਿਆ ਮੈਂ ਇੰਡੀਆ ਟੀਮ 'ਚ ਤੇ ਉਹ ਬੜੀ ਖੁਸ਼ੀ ਮਨਾਉਂਦੇ ਆ ਬਸ ਉਹਨਾਂ ਨੇ ਵੀ ਇੱਕ ਵਾਰ ਮੈਨੂੰ ਮੈਨੂੰ ਗੱਲ ਯਾਦ ਆ ਮੈਨੂੰ ਫੋਨ ਤੇ ਉਹਨਾਂ ਨੇ ਕਿਹਾ ਸੀ ਕਹਿੰਦੇ ਇੱਕ ਚਲੋ ਜੇ ਮੰਨ ਲਓ ਵੈਗੁਰੂ ਕਰੇ ਤੇ ਇੱਕ ਨਾ ਇੱਕ ਦਿਨ ਮੇਰੀ ਇੰਡੀਆ ਟੀਮ ਦੀ ਵਰਦੀ ਪਾਈ ਮੈਚ ਚੱਲਦਾ ਉਹ ਤੇ ਕਹਿੰਦਾ ਬੇਟਾ ਮੇਰਾ ਵੀ ਇਹ ਸੁਪਨਾ ਕਿ ਮੈਂ ਤੈਨੂੰ ਵੇਖਾਂ ਇਸ ਤਰ੍ਹਾਂ ਖੇਡਦੇ ਨੂੰ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ ਤੇ ਉਹ ਤਾਂ ਵਾਕਈ ਹਰ ਇੱਕ ਬਾਪ ਦਾ ਵੀ ਸੁਪਨਾ ਹੋਵੇਗਾ ਮੈਂ ਆਪਣੇ ਪੁੱਤ ਨੂੰ ਉੱਥੇ ਮੈਦਾਨ 'ਚ ਖੇਡਦੇ ਦੇਖਾਂ ਤੇ ਪੁੱਤ ਦੀ ਅੱਖਾਂ ਵੀ ਬਾਪ ਨੂੰ ਜ਼ਰੂਰ ਉੱਡੀਕਣ ਗਿਆ ਇਹ ਤਾਂ ਅਸੀਂ ਵੀ ਫੇਰ ਇੱਕ ਵਾਰ ਅਪੀਲ ਜ਼ਰੂਰ ਕਰਾਂਗੇ ਕਿ ਆਓ ਆਪਾਂ ਸਾਰੇ ਨਿਰਮਲ ਦੇ ਰਾਹ ਆਪਣਾ ਇਹਨਾਂ ਦਾ ਹੱਥ ਫੜੀਏ ਬਾਹ ਫੜੀਏ ਤੇ ਨਿਰਮਲ ਦੇ ਫਾਦਰ ਸਾਹਿਬ ਨੂੰ ਵਾਪਸ ਲੈ ਕੇ ਆਉਣਾ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਰਲ ਕੇ ਇੱਕ ਹੰਬਲਾ ਸਰੀ ਸੀ ਉਹਨਾਂ ਦੇ ਅੱਗੇ ਖੜਦੇ ਆ ਕਿ ਮਦਦ ਵੀ ਕਰਦੇ ਆ ਪਰ ਜਿੱਥੇ ਜਿਨਾਂ ਨੂੰ ਲੋਡ ਹੁੰਦੀ ਐ ਅਸੀਂ ਕਿਉਂ ਪਿੱਛੇ ਹਟੀਏ ਇੱਕ ਵਾਰ ਹਮਲਾ ਮਾਰਨ ਦੀ ਬਹੁਤ ਜ਼ਿਆਦਾ ਲੋੜ ਐ ਕੋਈ ਗੱਲ ਨਹੀਂ ਤੁਸੀਂ ਆਪਣਾ ਜਿਹੜਾ ਹੌਂਸਲਾ ਐ ਉਹ ਟੋੜਨਾ ਨਹੀਂ ਹੈਗਾ ਸਾਡੇ ਜਿਹੜੇ ਪੰਜਾਬੀ ਨੇ ਵੱਡੇ ਦਿਲ ਵਾਲੇ ਨੇ ਜ਼ਰੂਰ ਅੱਗੇ ਆਉਣਗੇ ਤੇ ਤੁਹਾਡੀ ਜਿਹੜੀ ਬਾਮ ਵੀ ਜ਼ਰੂਰ ਫੜਨਗੇ ਫਿਰ ਹੁਣ ਗੱਲ ਕਰ ਲੈਨੇ ਕਿ ਜਿੱਦਾਂ ਹੁਣ ਤੁਸੀਂ ਖੇਡਦੇ ਹੋ ਅਕਸਰ ਜਦੋਂ ਮੈਦਾਨ ਦੇ ਵਿੱਚ ਜਾਂਦੇ ਹੋ ਤਾਂ ਵਕ ਵਕ ਦੇਸ਼ਾਂ ਦੇ ਲੋਕ ਉੱਥੇ ਆਉਂਦੇ ਹੁੰਦੇ ਆ ਤਹਾਡੇ ਵਾਂਗ ਹੀ ਹੋਣਗੇ ਜਿਹੜੇ ਕਿਉਂਕਿ ਸਾਰਿਆਂ ਦਾ ਮੈਚ ਇਦਾਂ ਹੁੰਦਾ ਹੈ ਨਾ ਸੋ ਫਿਰ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਗਲਬਾਤ ਕਰਕੇ ਉਹਨਾਂ ਤੋਂ ਕੀ ਕੁਝ ਸਿੱਖਣ ਨੂੰ ਮਿਲਦਾ ਜਦ ਤੁਸੀਂ ਕੁਝ ਦਿਖਾਇਆ ਹੋਵੇ ਕੁਛ ਨਾ ਕੁਛ ਕਹਿੰਦੇ ਸੀ ਜਦੋਂ ਵੀ ਕਿਤੇ ਜਾਣੇ ਤਾਂ ਕੁਝ ਸਿੱਖ ਕੇ ਆਉਨੇ ਆ ਮੈਮ ਸਭ ਤੋਂ ਵੱਡੀ ਗੱਲ ਤਾਂ ਜੇ ਵੇਖਿਆ ਜੇ ਮੈਨੂੰ ਅੱਜ ਕ੍ਰਿਕਟ ਦੇ ਨਾਲ ਪਹਿਲਾਂ ਜਦੋਂ ਕ੍ਰਿਕਟ ਨਹੀਂ ਖੇਡਦਾ ਸੀ ਨਾਰਮਲ ਮੈਂ ਇੱਕ ਪਿੰਡ ਤੱਕ ਤੇ ਪਿੰਡ ਤੋਂ ਮੋਗੇ ਤੱਕ ਸੀਮਿਤ ਸੀ ਹੂੰ ਕਿ ਮੈਨੂੰ ਪਤਾ ਨਹੀਂ ਸੀ ਬਾਹਰ ਕੀ ਦੁਨੀਆ ਪਰ ਜਦੋਂ ਮੈਂ ਕ੍ਰਿਕਟ ਟੀਮ ਕ੍ਰਿਕਟ ਦੇ ਵਿੱਚ ਕ੍ਰਿਕਟ ਖੇਡਣ ਲੱਗਾ ਵਾਂ ਦੁਨੀਆਦਾਰੀ ਵੇਖਣ ਦਾ ਮੌਕਾ ਮਿਲ ਦੁਨੀਆ ਘੁੰਮਣ ਦਾ ਮੌਕਾ ਮਿਲਿਆ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਪਸ਼ਾਵਾਂ ਦਾ ਪਤਾ ਲੱਗਣ ਲੱਗਾ ਵੱਖੋ ਜਿਹਾ ਯੂਪੀ ਦਿੱਲੀ ਜਾਈਦਾ ਕਿਤੇ ਨਾ ਕਿਤੇ ਜਾਈਦਾ ਵਾਕ ਲਗ ਲਗ ਪਲੇਅਰ ਮਿਲਦੇ ਜਿੱਦਾਂ ਉਹ ਬੰਗਲਾਦੇਸ਼ ਦਾ ਮੈਚ ਸੀਗਾ ਬੰਗਲਾਦੇਸ਼ ਟੀਮ ਆਈ ਸੀਗੀ ਉਹਨਾਂ ਨਾਲ ਮਿਲਦਾ ਬਹੁਤ ਖੁਸ਼ੀ ਹੁੰਦੀ ਹੈ ਇੱਕ ਜਾਨੀ ਕਿ ਮੰਨ ਲਓ ਕਿ ਇਦਾਂ ਲੱਗਦਾ ਕਿ ਚਲੋ ਯਾਰ ਜਿੱਦਾਂ ਪਾਜ ਘੁੰਮਣ ਕਰਕੇ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਇੱਕ ਬਸ ਕੇ ਯਾਰ ਘਰ ਤੋਂ ਘਰ ਤੱਕ ਸੀਮਤ ਰਖਣੀ ਮੈਂ ਇੱਥੇ ਹੀ ਬੈਠਾ ਰਹੂੰਗਾ ਕਿ ਬਸ ਥੋੜਾ ਬਹੁਤ ਜੇ ਲੈ ਗਿਆ ਕੋਈ ਮੋਟਰਸਾਈਕਲ ਦੇ ਬਾਕੇ ਲੈ ਗਿਆ ਲੈ ਗਿਆ ਪਰ ਨਹੀਂ ਅੱਜ ਮੈਂ ਖੁਦ ਉਹਦੇ ਕਹਿਣ ਨੂੰ ਮੈਂ व्हीलचेयर ਤੇ ਆ ਦੁਨੀਆ ਦੇਖ ਲਈ ਬੜੀ ਖੁਸ਼ੀ ਹੁੰਦੀ ਮਨ ਨੂੰ ਇਦਾਂ ਲੱਗ ਰਿਹਾ ਕਿ ਚਲੋ ਮੈਂ ਕਹਿੰਦਾ ਉੱਪਰ ਵਾਲੇ ਦਾ ਬਹੁਤ ਸ਼ੁਕਰਗੁਜ਼ਾਰ ਆ ਮੈਂ ਕਿ ਜਿਨੇ ਉਹ ਮੈਨੂੰ ਨਿਯਮਿਤ ਕਿਰਪਾ ਕੀਤੀ ਜਦੋਂ ਮੈਂ ਪੁੱਛਿਆ ਸੀ ਕਿ ਜਿੱਦਾਂ ਵੱਖ-ਵੱਖ ਦੇਸ਼ਾਂ ਦੇ ਲੋਕ ਆਉਂਦੇ ਆ ਉਹਨਾਂ ਦੇ ਨਾਲ ਰابطਾ ਕਾਇਮ ਹੁੰਦਾ ਉੱਥੋਂ ਕੀ ਮਿਲਦਾ ਸਿੱਖਣ ਨੂੰ ਮੈਂ ਉਹਨਾਂ ਤੋਂ ਸਿੱਖਣ ਨੂੰ ਇਹ ਹੀ ਮਿਲਦਾ ਕਿ ਇੱਕ ਇਹਦੇ ਵਿੱਚ ਡਿਸਪਲਿਨ ਸਭ ਤੋਂ ਵੱਧ ਇਹ ਦਿੱਸਣ ਮਿਲਿਆ ਕਿ ਜਾਂ ਕਿੱਦਾਂ ਰਹਿਣਾ ਕਿੱਦਾਂ ਅਗਲੇ ਨਾਲ ਪਿਆਰ ਮੁਹੱਬਤ ਕਿਦਾਂ ਚਾਹੀਦੀ ਆ ਆਪਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਚੀਜ਼ ਵਾਕਈ ਉਹਨਾਂ ਤੋਂ ਸਿੱਖਣ ਨੂੰ ਸਾਨੂੰ ਇਹ ਚੀਜ਼ ਮਿਲਦੀ ਆ ਕਿਉਂਕਿ ਜਿਹੜੇ ਥੋੜੇ ਉਹ ਦੂਜੀ ਕੰਟਰੀ ਲੋਕ ਉਹਨਾਂ ਦੀਆਂ ਪਿਛਾਵਾਂ ਦਾ ਉਹਨਾਂ ਦੇ ਕਿਦਾਂ ਕਲਚਰ ਉਧਰ ਕਿਦਾਂ ਦਾ ਸਾਰੀ ਜਾਣਕਾਰੀ ਮਿਲਦੀ ਆ ਬੰਗਲਾਦੇਸ਼ ਦੀ ਟੀਮ ਤੋਂ ਵੀ ਜਾਂ ਜਿੱਦਾਂ ਮਤਲਬ ਹੋਰ ਵੀ ਕੋਈ ਸਟੇਟਾਂ ਹੁੰਦੀਆਂ ਸਾਨੂੰ ਯਾਨੀ ਕਿ ਉਹ ਕਾਫੀ ਆ ਦੇਸ਼ ਬਾਰੇ ਦੱਸਦੇ ਆ ਸੀ ਉਹਨਾਂ ਨੂੰ ਦੱਸਦੇ ਆ ਤੇ ਕਾਫੀ ਕੋਸ਼ਿਸ਼ ਬਾ ਸਿੱਖ ਵੀ ਲਈਏ ਤੇ ਕੁਝ ਨਹੀਂ ਵੀ ਬੰਦੇ ਨਹੀਂ ਜਿੱਦਾਂ ਹੁੰਦਾ ਨਾ ਕਿ ਆਪਾਂ ਜਦੋਂ ਮੈਦਾਨ 'ਚ ਉਤਰਦੇ ਆ ਤਾਂ ਆ ਸਾਹਮਣੇ ਵਾਲੀ ਟੀਮ ਨੂੰ ਲੱਗਾ ਕਿ ਹਾਂ ਇਹ ਸਾ ਕੀ ਘਾਟ ਨਾ ਹੋਵੇ ਜਦੋਂ ਜਿੱਤਦੇ ਹੋਂ ਉਸ ਵੇਲੇ ਦਾ ਮਾਹੌਲ ਕਿਵੇਂ ਦਾ ਹੁੰਦਾ ਆ ਮੈਮ ਸਭ ਤੋਂ ਪਹਿਲਾਂ ਤਾਂ ਜਦੋਂ ਮੰਨ ਲਓ ਮੈਚ ਚੱਲ ਰਿਹਾ ਹੋਂ ਤੱਕ ਸਟਾਰਟਿੰਗ ਹੁੰਦੀ ਆ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਨਾ ਪ੍ਰੈਸ਼ਰ ਹੁੰਦਾ ਕਈ ਵਾਰ ਤਾਂ ਇੰਨਾ ਪ੍ਰੈਸ਼ਰ ਹੁੰਦਾ ਕਿ ਆ ਯਾਰ ਮੈਚ ਕਿ ਜਿੱਤਨੇ ਜਿੱਤਨਾ ਤੇ ਇੱਕ ਟਾਈਮ ਤੇ ਇਦਾਂ ਦੀ ਕੰਡੀਸ਼ਨ ਬਣ ਜਾਂਦੀ ਆ ਕਿ ਜਦੋਂ ਮੰਨ ਲੇ ਚਲੋਗੇ ਆਪਾਂ ਕਿ ਕਹਿੰਦੇ ਆ ਕਿ ਜਦੋਂ ਲਾਸਟ ਓਵਰ ਆ ਹੋਵੇ ਤੇ ਉਹਦੇ ਵਿੱਚ ਆਪਾਂ ਲਾਸਟ ਜਾ ਕੇ ਮੈਚ ਜਿੱਤੀਏ ਤੇ ਫਿਰ ਉਹ ਜਦੋਂ ਜਿੱਤਦੇ ਆ ਜਿੱਤ ਕੇ ਉਹਦੋਂ ਦੁਨੀਆ ਖੜੀ ਹੋ ਕੇ ਤਾੜੀਆਂ ਮਾਰਦੀ ਆ ਉੱਥੇ ਜਿੰਨੇ ਉੱਥੇ ਬੰਦੇ ਵੇਖਣ ਤੇ ਫਿਰ ਤਾਂ ਸਾਨੂੰ ਯਾਨੀ ਕਿ ਇਹ ਹੁੰਦਾ ਗਿਆ ਹੀ ਹੈ ਕਿ ਇਹ ਕਹਿੰਦੇ ਆ ਕਿ ਜਿਹੜੀ ਖੁਸ਼ੀ ਸਾਨੂੰ ਮਿਲਦੀ ਆ ਉਹ ਖੁਸ਼ੀ ਪੈਸੇ ਵਾਲਾ ਨਹੀਂ ਲਿਆ ਸਕਦਾ ਬਿਲਕੁਲ ਜੀ ਹਾਂ ਬਿਲਕੁਲ ਇਹ ਬਹੁਤ ਸਹੀ ਗੱਲ ਕਹੀ ਹੈ ਕਿ ਇਹ ਜਿਹੜੀਆਂ ਖੁਸ਼ੀਆਂ ਤੁਸੀਂ ਆਪਨੇ ਆਪ ਪੈਦਾ ਕਰਦੇ ਹੋ ਤਾਂ ਪੈਸਾ ਦੇ ਕੇ ਲੈ ਕੇ ਵੀ ਖਰੀਦੀਆਂ ਨਹੀਂ ਜਾਂਦੀਆਂ ਹੈਗੀਆਂ ਖੁਸ਼ੀਆਂ ਤਾਂ ਆਪਣੀਆਂ ਆਪ ਬਣਾਈਆਂ ਜਾਂਦੀਆਂ ਨੇ ਫਿਰ ਪਿੰਡ ਵਾਪਸੀ ਹੁੰਦੀ ਹੈ ਤੇ ਪਿੰਡ ਵਾਲੇ ਲੋਕ ਢੋਲ ਡਗੀ ਨਾਲ ਸਵਾਗਤ ਕਰਦੇ ਆ ਕਿ ਨਹੀਂ ਬਸ ਆਪਣੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਹੁੰਦੇ ਆ ਨਹੀਂ ਮੈਮ ਦੂਜਾ ਇਦਾਂ ਤਾਂ ਨਹੀਂ ਕੋਈ ਸਵਾਗਤ ਤਾਂ ਨਹੀਂ ਹੋਇਆ ਕੋਈ ਇਦਾਂ ਦਾ ਪਰ ਮੇਰੇ ਜੋ ਵੀ ਮੇਰੇ ਪਿੰਡ ਦੀ ਕ੍ਰਿਕਟ ਟੀਮ ਇੱਥੋਂ ਦੇ ਹੈਗੇ ਜੀ ਪਲੇਅਰ ਹੈ ਮੇਰੇ ਨਾਲ ਦੀ ਕ੍ਰਿਕਟ ਟੀਮ ਪਿੰਡ ਦੀ ਸਾਡੇ ਦੀ ਮੇਰੋਂ ਦੀ ਉਹ ਬੜੀ ਸਪੋਰਟ ਕਰਦੇ ਸਾਰੇ ਪਲੇਅਰ ਮੁੰਡੇ ਮੇਰੇ ਉਹ ਜਿਹੜਾ ਕਲੱਬ ਬਣਿਆ ਹੋਇਆ ਉਹ ਮੁੰਡੇ ਬੜੀ ਸਪੋਰਟ ਕਰਦੇ ਆ ਮੈਨੂੰ ਲੈ ਕੇ ਹੋਂ ਤੱਕ ਜਾ ਛੱਡਨ ਤੱਕ ਇੱਥੇ ਜੇ ਮੈਂ ਜਾਣਾ ਮੰਨ ਲਓ ਜੇ ਚੰਡੀਗੜ੍ਹ ਜਾਣਾ ਪ੍ਰੈਕਟਿਸ ਵਾਸਤੇ ਉਹਨਾਂ ਨੇ ਛੱਡ ਕੇ ਹੁਣ ਜਦੋਂ ਉਹਨਾਂ ਨੂੰ ਪਤਾ ਕਿ ਮੈਂ ਖੇਡ ਕੇ ਆਇਆ ਉਹਨਾਂ ਨੇ ਲੈ ਕੇ ਆਉਣਾ ਮੈਨੂੰ ਬਾਕੀ ਉਹਦਾ ਮੇਰੇ ਪੈਸੇ ਦੇ ਲੈਚ ਵੀ ਹੈਲਪ ਕਰਦੇ ਆ ਮੇਰੇ ਜਿੰਨੇ ਵੀ ਸਪੋਰਟਸ ਵਾਲੇ ਮੰਨ ਲਓ ਕ੍ਰਿਕਟ ਟੀਮ ਦੇ ਪਲੇਅਰ ਆ ਸਾਰੇ ਮੈਨੂੰ ਯਾਨੀ ਕਿ ਮੈਨੂੰ ਜਿਹੜੀ ਕ੍ਰਿਕਟ ਟੀਮ ਆ ਜਿਹੜੇ ਮੁੰਡੇ ਹੈਗੇ ਆ ਮੇਰੀ ਬੜੀ ਸਪੋਰਟ ਕਰਦੇ ਆ ਤੇ ਮੈਨੂੰ ਏਦਾਂ ਉਹ ਅੱਜ ਜਦੋਂ ਮੰਨ ਲਓ ਉਹਨਾਂ ਦਾ ਸਾਡੇ ਸੰਡੇ ਨੂੰ ਮੈਚ ਹੁੰਦਾ ਪਿੰਡ ਦੇ ਵਿੱਚ ਤੇ ਉਹ ਮੈਚ ਦੇ ਵੇਲੇ ਸਪੈਸ਼ਲ ਮੰਨ ਲਓ ਉਹਨਾਂ ਦਾ ਫੋਨ ਹੁੰਦਾ ਹਾਂ ਯਾਰ ਢੱਲੂ ਆ ਜਾ ਕਿ ਮੈਚ ਆਪਣਾ ਹੋ ਰਿਹਾ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਚਲੋ ਯਾਰ ਆਹਾਂ ਕੋਈ ਸਾਧ ਰਿਹਾ ਤੇ ਉਹ ਆਪ ਨੂੰ ਇੱਕ ਸਪੈਸ਼ਲ ਮਾਣ ਤਨ ਮੈਨੂੰ ਗਾਂਹ ਦੀਆਂ ਦੱਸਦੇ ਆ ਕਿ ਸਾਡੇ ਪਿੰਡ ਦਾ ਇਦਾਂ ਮੁੰਡਾ ਬੜੀ ਖੁਸ਼ੀ ਹੁੰਦੀ ਸੋ ਢਿੱਲੂਆਂ ਦਾ ਮੁੰਡਾ ਕਿ ਫਿਰ ਸਖਾਉਂਦਾ ਹਨਾ ਮੈਦਾਨ ਦੇ ਵਿੱਚ ਉਹਨਾਂ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਹੋਣੀ ਵੀ ਲਾਜ਼ਮੀ ਹੈ ਕਿਉਂਕਿ ਇੱਕ ਮਿਹਨਤ ਕੀਤੀ ਹੈ ਤਾਂ ਮੈਨੂੰ ਦਿਖਾਉਣਾ ਵੀ ਫਰਜ਼ ਬਣਦਾ ਫਿਰ ਤੁਸੀਂ ਜਿੱਦਾਂ ਚੰਡੀਗੜ੍ਹ ਦੱਸ ਰਿਹਾ ਸੀ ਕਿ ਚੰਡੀਗੜ੍ਹ ਦੇ ਮੈਦਾਨ ਦੇ ਵਿੱਚ ਵੀ ਉਤਰਦੇ ਹਾਂ ਬਹੁਤ ਸਾਰੇ ਉੱਥੇ ਜਿਹੜੇ ਲੋਕ ਆਉਂਦੇ ਨੇ ਥਾਣ ਤੋਂ ਸਿੱ ਕਿਸੇ ਕਿੰਨੇ ਕਿ ਜਿਹੜੇ ਨੌਜਵਾਨ ਜਿਤੇ ਤੁਸੀਂ ਉਸ ਮੈਦਾਨ ਦੇ ਵਿੱਚੋਂ ਹੁਣ ਸਿਖਾ ਰਹੇ ਹੋ ক্রিকেট ਮੈਮ ਸਾਡੇ ਕੋਲ ਅਸੀਂ ਉੱਥੇ ਕੋਠੀ ਦੇ ਵਿੱਚ ਜਿਹੜੇ ਮਾਲ ਇੱਕ ਹੀ ਸੈਕਟਰ ਦੇ ਵਿੱਚ ਰਹਿੰਦੇ ਹਾਂ ਪੂਰੀ ਪੰਜਾਬ ਟੀਮ ਅਸੀਂ ਕੁੱਲ 21 ਜਾਣੇ ਆ ਉੱਥੇ ਤੇ 21 ਪਲੇਅਰ ਆ ਜਾਣੀ ਕਿ ਉਹਨਾਂ ਦੇ ਵਿੱਚ ਅਸੀਂ ਜਦੋਂ ਮੈਚ ਹੁੰਦਾ ਅਸੀਂ ਬੂਰੇ ਪ੍ਰੋਪਰ ਫੁੱਲ ਮਿਹਨਤ ਕਰੀਦੀ ਆ ਫਿਰ ਸਾਨੂੰ ਜਿੱਦਾਂ ਮੈਚ ਜਦੋਂ ਮੈਚ ਹੋਣਾ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਲੱਗਦੇ ਸਹੀ ਪਲੇਅਰ ਅਸੀਂ ਉਹ ਪਲੇਅਰ ਚੁਣ ਕੇ ਇੱਕ 11 ਮੈਂਬਰ ਦੀ ਟੀਮ ਲੈ ਕੇ ਜਾਂਦੇ ਆ ਤੇ ਅਸੀਂ ਹੁਣ ਮੇਰੀ ਇਹ ਅਪੀਲ ਵੀ ਆ ਕਿ ਜੇ ਕਿਸੇ ਨੇ ਮਾਲੋ ক্রিকেট ਖੇਡਣਾ ਚਾਹੁੰਦਾ ਵੀਲ ਚੇਅਰ ਦੇ ਤੇ ਅੱਗੇ ਜਾਣਾ ਚਾਹੁੰਦਾ ਉਹ ਮੇਨ ਸਪਰਕ ਕਰ ਲਵੇ ਤੇ ਆ ਲੌਕਡਾਊਨ ਤੋਂ ਬਾਅਦ ਜਲਦੀ ਅਸੀਂ ਉੱਥੇ ਜਾਵਾਂਗੇ ਤੇ ਕੈਂਪ ਲਾਵਾਂਗੇ ਸਾਡੇ ਕੋ ਕੈਂਪ ਲਾਵੇ ਕੋਈ ਖਰਚਾ ਨਹੀਂਗਾ ਉੱਥੇ ਰੋਟੀ ਪਾਣੀ ਦਾ ਕੋਈ ਖਰਚਾ ਨਹੀਂਗਾ ਅਸੀਂ ਦੇਵਾਂਗੇ ਸਭ ਕੁਝ ਤੇ ਅਗਾ ਖੇਡਣਾ ਜਿਹਦੇ ਵੀ ਦਿਲ ਦੀ ਇੱਛਾ ਹੈ ਕਿ ਕ੍ਰਿਕਟ ਖੇਡਣ ਦੀ ਉਹ ਸੰਭਾਰ ਕਰੇ ਆਪਾਂ ਫੁੱਲ ਸਪੋਰਟ ਨਾਲ ਕਿਉਂਕਿ ਜਦੋਂ ਮੈਂ ਇਸ ਤੱਕ ਪਹੁੰਚ ਜਾਵਾਂ ਕੋਈ ਹੋਰ ਮੇਰਾ ਵੀਰਪੈਣ ਭਰਾ ਵੀ ਅੱਗੇ ਜਾਵੇ ਬੜੀ ਖੁਸ਼ੀ ਦੀ ਗੱਲ ਹੈ ਵੈਸੇ ਜਿੱਦਾਂ ਗੱਲ ਕੀਤੀ ਜਾਵੇ ਕਿ ਤੁਸੀਂ ਹੁਣ ਖੇਡਦੇਵੇਂ ਉਹ ਮੈਡਲ ਵੀ ਆਪਣੇ ਨਾਮ ਕਾਫੀ ਕੀਤੇ ਨੇ ਹਨਾ ਦੇਸ਼ ਦਾ ਨਾਮ ਵੀ ਰੋਸ਼ਨ ਕਰ ਰਹੇ ਹੋ ਤੇ ਕਦੇ ਸਰਕਾਰਾਂ ਦੇ ਵੱਲੋਂ ਤੁਹਾਨੂੰ ਚਲੋ ਤੁਸੀਂ ਦੱਸਿਆ ਸਨਮਾਨ ਤਾਂ ਨਹੀਂ ਕੀਤਾ ਉਹਨਾਂ ਦੇ ਵੱਲੋਂ ਹਨਾ ਪਰ ਕਦੇ ਇਹ ਗੱਲ ਕਹੀ ਗਈ ਹੋਵੇ ਕਿ ਹਾਂ ਚਲੋ ਇੱਕ ਨੌਜਵਾਨ ਮੁੰਡਾ ਫਲਾਣੇ ਜ਼ਿਲ੍ਹੇ ਦਾ ਹੈਗਾ ਆ ਉਸ ਨੂੰ ਜਿਹੜਾ ਆ ਜਿਹੜੀ ਵਿੱਤੀ ਸਹਾਇਤਾ ਜਿਹੜੀ ਜ਼ਰੂਰ ਕੀਤੀ ਜਾਵੇ ਜਾਂ ਕੁਝ ਹੌਂਸਲਾ ਫਸਾਈ ਦੇ ਲਈ ਕੁਝ ਜਿਹੜੇ ਆ ਰਕਮ ਜ਼ਰੂਰ ਦਿੱਤੀ ਜਾਵੇ ਕਦੀ ਮਿਲੀ ਇੱਥੋਂ ਮੈਂ ਸਰਕਾਰਾਂ ਵੱਲੋਂ ਤਾਂ ਨਾ ਇਹ ਸੱਚ ਜਾਣੋ ਤਾਂ ਹਲੇ ਤੱਕ ਕੁਝ ਵੀ ਨਹੀਂ ਕੋਈ ਸਰਕਾਰ ਦਾ ਕੋਈ ਇੱਕ ਲੀਡਰ ਲੀਡਰ ਕੋਈ ਵੀ ਨਹੀਂ ਮੇਰੇ ਕੋਲ ਆਇਆ ਹੈ ਵੋਟਾਂ ਵੇਲੇ ਆਪ ਬਹੁਤ ਦੇਖ ਲੈਂਦੇ ਆ ਕਿ ਮੇਰੇ ਕੋਲ ਸਾਡੇ ਕੋਲ ਲੀਡਰ ਆਗਾ ਉਹ ਆਗਾ ਬਟ ਹਾਲੇ ਤੱਕ ਮੈਂ ਐਪਲੀਕੇਸ਼ਨਾਂ ਵੀ ਦੇ ਚੁੱਕਾ ਹਾਂ ਮੈਂ 2-3 ਦਿਨ ਹੋਇਆ ਮੈਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆ ਆਪਣੇ ਮੁੱਕ ਗਏ ਤੇ ਐਮਐਲਏ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਇਹ ਸਰਕਾਰਾਂ ਵੱਲੋਂ ਕੁਝ ਨਹੀਂ ਕੋਈ ਨਹੀਂ ਜਿੱਦਾਂ ਦਾ ਇਦਾਂ ਦਾ ਕੀ ਦਾ ਜਿੱਦਾਂ ਜਿੰਨੀ ਜਿੰਨੀ ਕਿ ਜੋਗਾ ਮੈਂ ਹੈਗਾ ਸਰਕਾਰ ਦਾ ਵੀ ਫਰਜ਼ ਬਣਦਾ ਸੀਗਾ ਕਿ ਚਲੋ ਜਿਉ ਮੈਨੂੰ ਸਰਕਾਰੀ ਜੌਬ ਦਿੰਦੇ ਤੇ ਮੇਰਾ ਵੀ ਹੌਸਲਾ ਵੱਧਦਾ ਤੇ ਮੈਂ ਹੋਰ ਵੀ ਗੇਮ ਦੇ ਵਿੱਚ ਕੁਝ ਨਾ ਕੁਝ ਕਰ ਪਾਉਂ ਪਰ ਸਰਕਾਰ ਨੇ ਹਲੇ ਤੱਕ ਮੇਰੀ ਕੋਈ ਬਾਹ ਨੀ ਫੜੀਗੀ ਨਾ ਕੋਈ ਸਰਕਾਰ ਨੇ ਪੁੱਛਗਿੱਛ ਕੀਤੀ ਹੈ ਨਾ ਕੋਈ ਮੇਰੀ ਮਾਲੀ ਮਦਦ ਕੀਤੀ ਹੈ ਨਾ ਕੋਈ ਮੈਨੂੰ ਉਦਾਂ ਕੋਈ ਸਹੂਲਤ ਹੈ ਮੈਨੂੰ ਕੁਝ ਵੀ ਨਹੀਂ ਤੇ ਹੁਣ ਜਿੱਦਾ ਗੱਲ ਕੀਤੀ ਜਾਵੇ ਹੁਣ ਸਿਰਫ ਘਰ ਦਾ ਜਿਹੜਾ ਖਰਚ ਆਇਆ ਉਹ ਇੱਕ ਦੁੱਧ ਵੇਚ ਕੇ ਚੱਲਦਾ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਕੰਮ ਨਹੀਂ ਕਰਦੇ ਨਹੀਂ ਇਹ ਮੈਮ ਦੂਜਾ ਥੋੜਾ ਟਾਈਮ ਹੋਇਆ ਵਾ ਮੇਰੇ ਛੋੜਾ ਬ੍ਰਦਰ ਸੀਗਾ ਉਹਦੀ 1-1 ਸਾਲ ਦੀ ਏਜ ਆ ਉਹ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਬੁਸੇ ਫੜ ਕੇ ਉਹਨੂੰ ਅਬ ਕੰਟਰੀ ਦੇ ਵਿੱਚ ਭੇਜ ਜਿੱਥੇ ਮੇਰੇ ਪਾਪਾ ਜੀ ਨੇ ਉਹ ਉੱਥੇ ਲੇਬਰ ਦਾ ਕੰਮ ਕਰਦਾ ਵਿਚਾਰਾ 21 ਸਾਲ ਦੀ ਉਮਰ ਕਿੱਡੀ ਕੀ ਹੁੰਦੀ ਆ ਤੁਸੀਂ ਆਪ ਜਾਣ ਸਕਦੇ ਹੋ ਜਿਹੜੀ ਖੇਡ ਅੱਜ ਉਹ ਖੇਡਣ ਦੀ ਉਹਦੀ ਉਮਰ ਸੀਗੀ ਉਹਦੇ ਵਿੱਚ ਉਹ ਉੱਧਰ ਬਾਹਰ ਜਾ ਕੇ ਕੰਮ ਕਰ ਰਿਹਾ ਜ਼ਿੰਮੇਵਾਰੀਆਂ ਨਿਭਾ ਰਿਹਾ ਵਾ ਤੇ ਮੈਂ ਉਹ ਬਸ ਉਹਦਾ ਵੀ ਹੁਣ ਲਾਕਡਾਊਨ ਕਰਕੇ ਉਹਦਾ ਕੰਮ ਬੰਦ ਆ ਤੇ ਇੱਧਰ ਫਿਰ ਉਹ ਮੈਂ ਤੇ ਮੇਰੇ ਮਾਤਾ ਜੀ ਤੇ ਫਿਰ ਸਾਡੇ ਕੋਲ ਇੱਕ ਹੀ ਦੁੱਧ ਪਾ ਕੇ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹਾਂ ਗੁਰੂ ਤਾਂ ਕੋਈ ਸਹੂਲਤ ਨਹੀਂ ਨਾ ਕੋਈ ਸਰਕਾਰ ਸੁਣ ਰਹੀ ਆ ਸਾਡੀ ਨਾ ਕੋਈ ਕੋਈ ਪ੍ਰਸ਼ਾਸਨ ਸੁਣ ਰਿਹਾ ਬਿਲਕੁਲ ਬਾਕੀ ਜਿਹੜੇ ਹੌਸਲਾ ਟਾ ਕੇ ਜਿਹੜੇ ਘਰ ਬੈਠ ਜਾਂਦੇ ਆ ਹਨਾ ਉਹਨਾਂ ਨੂੰ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਇੱਕੋ ਇੱਕ ਮੇਰਾ ਮੈਸੇਜ ਹੈ ਜਿਹੜੀ ਹੈਂਡੀਕੈਪ ਵੀਰ ਭੈਣ ਭਰਾ ਨੇ ਕਿ ਇਹ ਨਾ ਸੋਚੋ ਕਿ ਇਹ ਹੈਂਡੀਕੈਪ ਨਾ ਕਦੇ ਇਹ ਸੋਚੋ ਕਿ ਸਾਨੂੰ ਮਹਾਰਾਜ ਨੇ ਆਇਆ ਸੰਗ ਨਹੀਂ ਦਿੱਤਾ ਨਹੀਂ ਦਿੱਤਾ ਆਪ ਦੇ ਵਿੱਚ ਕੋਈ ਟੈਲੈਂਟ ਹੁੰਦਾ ਕਿਸੇ ਵਿੱਚ ਗਾਉਣ ਦਾ ਟੈਲੈਂਟ ਹੁੰਦਾ ਕਿਸੇ ਵਿੱਚ ਖੇਡਣ ਦਾ ਟੈਲੈਂਟ ਹੁੰਦਾ ਰਾਈਟਿੰਗ ਦਾ ਲਿਖਣ ਦਾ ਕੁਝ ਵੀ ਉਹ ਟੈਲੈਂਟ ਨੂੰ ਬਾਹਰ ਲੈ ਕੇ ਆਓ ਤੁਹਾਡਾ ਵੀ ਨਾਮ ਬਣ ਸਕਦਾ ਅੱਜ ਮੰਨ ਕੇ ਚਲੋਗੇ ਦੂਜਾ ਡੇਲੀ ਪੰਜਾਬ ਪੋਸਟਲ ਮੇਰੇ ਕੋਲ ਆਇਆ ਕੱਲ ਤੁਹਾਡੇ ਕੋਲ ਵੀ ਆਉਣ ਬਿਲਕੁਲ ਜੀ ਠੀਕ ਆਪਦਾ ਹੌਸਲਾ ਰੱਖੋ ਮੈਂ ਇਹੀ ਗੱਲ ਕਹੂੰਗਾ ਇੱਕ ਕਿਸੇ ਮੂਰੇ ਹੱਥ ਢੰਡੀਆਂ ਦੀ ਬਜਾਏ ਆਪ ਦੇ ਹੱਕਾਂ ਦੀ ਖਾਤਰ ਲੜਨਾ ਸਿੱਖੋ ਸਰਕਾਰ ਨਾਲ ਲੜਨਾ ਸਿੱਖੋ ਸਰਕਾਰ ਤੋਂ ਉਹਦੇ ਹੱਕ ਲੈਣੇ ਸਿੱਖੋ ਜੇ ਆਪਾਂ ਹੈਂਡੀਕੈਪ ਜਿੰਨੇ ਵੀਰ ਭੈਣ ਭਰਾ ਜੇ ਆਪ ਸਾਰੇ ਇਕੱਠੇ ਹੋਵਾਂਗੇ ਤਾਂ ਆਪਾਂ ਫੇਰ ਹੀ ਸਰਕਾਰ ਤੋਂ ਹੱਕ ਲੈ ਸਕਦੇ ਬਿਲਕੁਲ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜਿਹੜਾ ਆਪਣਾ ਸਮਾਂ ਸਾਂਝਾ ਕੀਤਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਮ ਬਹੁਤ ਜੀ ਤੋ ਬਿਲਕੁਲ ਜੀ ਸਾਡੇ ਨਾਲ ਸਨ ਨਿਰਮਲ ਢਿੱਲੋਂ ਕਹਿੰਦੇ ਨੇ ਕਿ ਜਦੋਂ ਵੀ ਅਸੀਂ ਮੰਜ਼ਲਾ ਨੂੰ ਸਰ ਕਰਨਾ ਹੁੰਦਾ ਹੈ ਤੇ ਮੰਜ਼ਲ ਦੇ ਮੱਥੇ ਤੇ ਤਖਤੀ ਉਹਨਾਂ ਦੀ ਲੱਗਦੀ ਹੈ ਜੋ ਘਰੋਂ ਆਪਣੇ ਨਕਸ਼ਿਆਂ ਦੇ ਸਫ਼ਰ ਨੂੰ ਬਣਾ ਕੇ ਤੁਰਦੇ ਨੇ ਸੋ ਬਿਲਕੁਲ ਜੀ ਇਹਨਾਂ ਨੇ ਸਫ਼ਰ ਤਾਂ ਸ਼ੁਰੂ ਕਰ ਲਿਆ ਪਰ ਮੰਜ਼ਲਾਂ ਤੇ ਪਹੁੰਚ ਵੀ ਗਏ ਨੇ ਪਰ ਹਾਲੇ ਰਸਤਾ ਹੋਰ ਵੀ ਲੰਬਾ ਹੈ ਔਖਾ ਔਖਾਈਆਂ ਜਿਹੜੀਆਂ ਇਹਨਾਂ ਨੂੰ ਆ ਰਹੀਆਂ ਨੇ ਪਰ ਇਹਨਾਂ ਨੂੰ ਦੂਰ ਅਸੀਂ ਤੁਸੀਂ ਸਾਰਿਆਂ ਨੇ ਰਲ ਕੇ ਹੀ ਦੂਰ ਕਰਨਾ ਹੈ ਆਓ ਇੱਕ ਵਾਰ ਆਪਾਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਭ ਤੋਂ ਪਹਿਲਾ ਫਰਜ਼ ਬਣ ਸਾਡਾ ਨਿਰਮਲ ਦੇ ਫਾਦਰ ਸਾਹਿਬ ਨੂੰ ਵਾਪਸ ਲੈ ਕੇ ਆਉਣਾ ਵਤਨ ਵਾਪਸੀ ਕਰਵਾਈਏ ਤੇ ਉਸ ਤੋਂ ਬਾਅਦ ਨਿਰਮਲ ਦੇ ਘਰ ਦੀ ਜਿਹੜੀ ਹਾਲਾਤ ਹੈ ਉਹ ਵੀ ਸੁਧਰੇਗੀ ਤੇ ਨਾਲ ਦੇ ਨਾਲ ਜਿਸ ਜਿਸ ਤੋਂ ਬਾਅਦ ਉਹ ਕਰੋਨਾ ਮਹਾਮਾਰੀ ਸਾਡੇ ਦੇਸ਼ ਵਿੱਚੋਂ ਖਤਮ ਹੋ ਜਾਏਗੀ ਪੂਰਨਤਾਰ ਤੇ ਜਿਹੜਾ ਸੀ ਆਜ਼ਾਦ ਹੋ ਜਾਵਾਂਗੇ ਲਾਕਡਾਊਨ ਜਿਹੜਾ ਹਰ ਦੇਸ਼ ਦੇ ਵਿੱਚ ਖੁੱਲ ਜਾਵੇਗਾ ਉਸ ਤੋਂ ਬਾਅਦ ਫਿਰ ਅਸੀਂ ਨਿਰਮਲ ਤੇ ਉਹਦੀ ਪੂਰੀ ਟੀਮ ਨੂੰ ਮੈਦਾਨ ਦੇ ਵਿੱਚ ਕ੍ਰਿਕਟ ਖੇੜਦੇ ਇੱਕ ਵਾਰ ਫਿਰ ਤੋਂ ਦੇਖਣਾ ਜ਼ਰੂਰ ਚਾਹਾਂਗੇ ਇਸ ਦੇ ਨਾਲ ਹੁਣ ਤੁਹਾਡੇ ਤੋਂ ਸਿਵਾਵਾਂਗੇ ਆ ਗਿਆ ਕੈਮਰਾਮੈਨ ਦਰਸ਼ੀ ਦੇ ਨਾਲ ਪੰਦੀਪ ਕਾਰਸੰਦੂ ਸੈਸ਼ੀ gal